ਤੁਸੀਂ ਤਕਰੀਬਨ 7 ਸਾਲ ਮਤਲਬ ਬੀਜੇਪੀ ਦੇ ਨਾਲ ਰਾਜ ਕੀਤਾ ਕੇਂਦਰ ਚ 7 ਸਾਲ WTO ਦੇ ਖਿਲਾਫ ਤੁਸੀਂ ਕਦੇ ਨਹੀਂ ਬੋਲੇ ਸਾਨੂੰ ਲੱਗਦਾ ਅੱਜ ਜਿਹੜੇ ਕਾਨੂੰਨ ਇਹ ਲਾਗੂ ਹੋਏ ਖਲੇ ਨੇ ਇਹ WTO ਦੀ ਦੇਣ ਨੇ ਜੇ ਉਹਨਾਂ 7 ਸਾਲਾਂ ਚ ਤੁਸੀਂ ਇਹ ਫਰਜ਼ ਨਿਭਾਇਆ ਹੁੰਦਾ ਕਿ ਇਹਦੇ ਖਿਲਾਫ ਬੋਲੇ ਹੁੰਦੇ WTO ਦੇ ਤਾਂ ਅੱਜ ਜਿਹੜੀ ਆ ਇਹ ਸਾਡੇ ਗੱਲ ਨਹੀਂ ਸੀ ਪੈਣੀ ਜਿਹੜੇ ਖਾਲੇ ਕਾਨੂੰਨ ਹੈ ਆ ਬੰਨੇ ਸ਼ੁਰੂ ਕਿਦੋਂ ਹੋਏ 1992 ਆ ਜਦੋਂ 7 ਚੀਫ ਮਿਨਿਸਟਰਾਂ ਦੀ ਮੀਟਿੰਗ ਕਮੇਟੀ ਬਣਾਈ ਗਈ ਜਿਹਦੇ ਵਿੱਚ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ ਮੱਧ ਪ੍ਰਦੇਸ਼ ਦਾ ਕਮਲਨਾਥ ਪੰਜ ਬੀਜੇਪੀ ਦੇ 2 ਸਾਲ ਤੱਕ ਕਿਸੇ ਨੂੰ ਨਹੀਂ ਪਤਾ ਸੀ ਨਾ ਤੁਹਾਨੂੰ ਤੇ ਨਾ ਸਾਨੂੰ ਕਿ ਯਾਰ ਅੰਮੀਆਂ ਚੱਲ ਚੱਲ ਸਰਕਾਰ ਬਣਾਉਂਦੀ ਹੈ ਤਾਂ ਕੀ ਤੁਸੀਂ ਜਿਹੜੇ ਬਿਜਲੀ ਸਮਝੌਤੇ ਕੀਤੇ ਹੋਏ ਨੇ ਉਹ ਰੱਦ ਕਰੋਗੇ ਇਹਦੇ ਤੋਂ ਬਿਨਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਤਲਬ 10 ਲੱਖ ਦਾ ਬੀਮਾ ਹੈ ਕੀ ਇਹ ਪ੍ਰਬੰਧ ਹੋਵੇਗਾ ਕਿ ਨਿੱਜੀ ਹਸਪਤਾਲ ਦੇ ਵਿੱਚ ਨਹੀਂ ਸਰਕਾਰੀ ਹਸਪਤਾਲ 'ਚ ਇਲਾਜ ਹੋ ਜਾਵੇ ਬਿਜਲੀ ਦੇ ਸਮਝੌਤੇ ਨਹੀਂ ਗੱਲ ਆਹ ਮੈਂ ਇੱਕ ਗੱਲ ਦੱਸਦਾ ਆਹ ਪ੍ਰਾਈਵੇਟ ਪਲਾਂਟ ਨਹੀਂ ਹੈ ਆਹ ਸਮਝ ਲਓ ਸਰਕਾਰੀ ਪਲਾਂਟ ਹੈ ਆਹ ਜਿਹੜੇ ਪਲਾਂਟ ਸਭ ਤੋਂ ਮੈਂ ਜੇ ਸਭ ਤੋਂ ਸਸਤੇ ਜੇ ਬਿਜਲੀ ਦੇ ਪਲਾਂਟ ਲੱਗੇ ਆ ਆਹ ਲੱਗੇ ਆ 2 ਰੁਪਏ 86 ਪੈਸੇ ਕਿਹੜੇ 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 ਤਲਵੰਡੀ ਸਾਬੋ ਤੇ ਜਿਹੜਾ ਹੈਗਾ ਨਾ ਰਾਜਪੁਰ ਵਾਲਾ 2 ਰੁਪਏ 86 ਮੈਨੂੰ ਤਾਂ ਤੁਹਾਨੂੰ ਪਤਾ ਹੋਗਾ ਕਿ ਅੱਜ ਪੰਜਾਬ ਦੀ ਟੋਟਲ ਪ੍ਰੋਡਕਸ਼ਨ ਦਾ ਕਿੰਨੇ ਪਰਸੈਂਟ ਜਿਹੜਾ ਪ੍ਰਾਈਵੇਟ ਪ੍ਰੋਡਕਸ਼ਨ ਹੈ ਪ੍ਰਾਈਵੇਟ ਪ੍ਰੋਡਕਸ਼ਨ ਇੰਨੀ ਨਹੀਂ ਹੈ ਨਹੀਂ ਕਿੰਨਾ ਮਤਲਬ ਟੋਟਲ ਪ੍ਰੋਡਕਸ਼ਨ ਅੱਜ ਪੰਜਾਬ ਦੀ ਜਿਹੜੀ ਹੈਗੀ ਬਿਜਲੀ ਦੀ ਉਹਦਾ ਕਿੰਨੇ ਪਰਸੈਂਟ ਜਿਹੜਾ ਪ੍ਰਾਈਵੇਟ ਹੈ ਪ੍ਰਾਈਵੇਟ ਨਹੀਂ ਹੈ ਮੈਂ ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹੁੰਦਾ ਆ ਜਿਹੜੀ ਸੜਕ ਬਣੀ ਹੈ ਆ ਜਿਹੜੀ ਸੜਕ ਹੈ ਆ ਸੜਕ ਪ੍ਰਾਈਵੇਟ ਨਹੀਂ ਹੈ ਹੈ ਸਰਕਾਰ ਦੀ ਪੈਸਾ ਛੱਡਦੇ ਜਦੋਂ ਪੈਸਾ ਖਤਮ ਹੋ ਗਿਆ ਸਰਕਾਰ ਕੋਲੇ ਆ ਜੂਗੀ ਆਹ ਜਿਹੜੇ ਪਲਾਂਟ ਹੈ ਪੈਸਾ ਉਹਨਾਂ ਨੇ ਲਾਇਆ ਪਰ ਉਹ ਬਿਜਲੀ ਬਾਹਰ ਨਹੀਂ ਵੇਚ ਸਕਦੇ ਜੇ ਅਸੀਂ ਕਹੋਗੇ ਬਿਜਲੀ ਨਹੀਂ ਚਾਹੀਦਾ ਬੰਦ ਕਰਨਾ ਪੈਣਾ ਉਹਨਾਂ ਨੂੰ ਪ੍ਰਾਈਵੇਟ ਉਹ ਚੀਜ਼ ਹੁੰਦੀ ਹੈ ਕਿ ਤੁਹਾਨੂੰ ਜਿਹੜਾ ਹੋਰ ਕਿਤੇ ਵੇਚ ਦੇ 10 ਸਾਲ ਰਾਜ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਮੇਰੇ ਕਿਸਾਨ ਭਰਾ ਸਾਰੇ ਦੱਸ ਸਕਦੇ ਨੇ ਨਾ ਕਦੇ ਕਿਸੇ ਪਟਵਾਰੀ ਨੇ ਫੀਸ ਘਟਾਈ ਉਨੀ ਲੈਂਦੇ ਸੀ ਨਾ ਕਦੇ ਤਹਿਸੀਲਦਾਰ ਨੇ ਫੀਸ ਘਟਾਈ ਉਨੀ ਲੈਂਦੇ ਸੀ ਸਰਕਾਰੀ ਹਸਪਤਾਲਾਂ 'ਚ ਡਾਕਟਰ ਉਨੀ ਫੀਸ ਲੈਂਦੇ ਸੀ ਆ ਮੇਰੇ DSP ਸਾਹਿਬ ਖਲੇ ਨੇ ਥਾਣਿਆਂ ਦੀ ਫੀਸ ਕਦੇ ਨਹੀਂ ਕੱਟੀ ਥਾਣਿਆਂ 'ਚ SO ਦੀ SHO ਦੀ ਥਾਣੇਦਾਰ ਦੀ ਫੀਸ ਉਨੀ ਰਹੀ ਮਤਲਬ ਰਿਸ਼ਵਤ ਨੂੰ ਇੱਕ ਰਤੀ ਵੀ ਸ਼੍ਰੋਮਣੀ ਅਕਾਲੀ ਦਲ ਠੱਲ ਨਹੀਂ ਪਾ ਸਕੀ ਮੈਂ ਜਿਹੜੇ ਸੇਵਾ ਕੇਂਦਰ ਪਿੰਡਾਂ 'ਚ ਖੋਲ੍ਹੇ ਸੀ ਮਤਲਬ ਕੀ ਸੀ ਤੁਹਾਨੂੰ ਪਟਵਾਰੀ ਕੋਲੇ ਜਾਣ ਦੀ ਲੋੜ ਨਾ ਪਏ ਤੁਹਾਨੂੰ ਤਹਿਸੀਲਦਾਰ ਕੋਲੇ ਜਾਣ ਦੀ ਲੋੜ ਨਾ ਪਏ ਆ ਸਿਸਟਮ ਬਣਾਇਆ ਸੀ ਕੰਪਿਊਟਰਾਈਜ਼ ਕਿ ਸੇਵਾ ਕੇਂਦਰ ਜਾਓ ਜੇ 10 ਰੁਪਏ ਲਿਖਿਆ ਉਹਦੇ 'ਚ ਕਰਕੇ ਆਉਣ ਸਾਰੇ ਇਹਨਾਂ ਨੇ ਬੰਦ ਕਰ ਦਿੱਤਾ ਤਾਂ ਇਸ ਕਰਕੇ ਜਿਹੜਾ ਮੈਂ ਕਹਿੰਦਾ ਤੁਸੀਂ ਡਿਵੈਲਪਮੈਂਟ ਦੇਖ ਲਓ ਪਿੰਡਾਂ ਦੀ ਮੈਂ ਤੁਹਾਨੂੰ ਅੱਜ ਦਾ ਕਹਿਣਾ ਚਾਹੁੰਦਾ ਜੋ ਅਸੀਂ ਕਿਹਾ ਜੇ 10 ਲੱਖ ਰੁਪਏ ਅਸੀਂ ਇਲਾਜ ਦਾ ਕਿਹਾ ਅਸੀਂ ਕਿਹਾ ਭਾਵੇਂ ਤੁਸੀਂ ਪ੍ਰਾਈਵੇਟ ਤੋਂ ਕਰੋ ਮੈਂ ਕੀ ਕਰਨ ਸੋਚਿਆ 500 ਬੈੱਡ ਦਾ ਸਰਕਾਰੀ ਹਸਪਤਾਲ ਹਰ ਜ਼ਿਲ੍ਹੇ ਹੈੱਡਕੁਆਟਰ ਤੇ ਬਣਾਉਣਾ ਸਰਕਾਰੀ ਜ਼ਿਲ੍ਹੇ ਹੈੱਡਕੁਆਟਰ ਦਾ ਮੈਡੀਕਲ ਕਾਲਜ ਜੋ ਮੈਡੀਕਲ ਕਾਲਜ ਬਣ ਜਾਂਦਾ ਨਾ ਉਹਦੇ ਨਾਲ ਕੀ ਹੁੰਦਾ ਕਿ ਸਾਰੀਆਂ ਇਕਵਿਪਮੈਂਟ ਉੱਥੇ ਆ ਜਾਂਦੀਆਂ ਤਾਂ ਤੁਸੀਂ ਮੇਰੇ ਇਸ ਟੈਨਿਓਰ ਦੇ ਵਿੱਚ ਐਜੂਕੇਸ਼ਨ ਤੇ ਹੈਲਥ ਆਹ ਦੋ ਮੇਰੇ ਏਜੰਡੇ ਕਿ ਟਿਊਬਲ ਦੇ ਬਿੱਲ ਮਾਫ ਇਹ ਪੰਜਾਬ ਨੂੰ ਸਿਰਫ ਧੋਖਾ ਕੀਤਾ ਗਿਆ ਸਾਨੂੰ ਟਿਊਬਲ ਦੇ ਬਿੱਲ ਮਾਫ ਨਹੀਂ ਗਏ ਕਿਉਂਕਿ ਜਿਹੜੀ ਇਹ ਤੁਹਾਡਾ ਰੇਟ ਤੈਅ ਕਰਨ ਵਾਲਾ ਟ੍ਰਿਬਿਊਨਲ ਹੈ ਜਿਹੜਾ ਕੇਂਦਰ ਦੇ ਹੱਥ 'ਚ ਰੇਟ ਤੈਅ ਕਰਨ ਵਾਲਾ ਟ੍ਰਿਬਿਊਨਲ ਜਦੋਂ ਰੇਟ ਤੈਅ ਕਰਦਾ ਹੈ ਤਾਂ ਸਾਡਾ ਜਿਹੜਾ ਸੱਚਾਈ ਦਾ ਖਰਚਾ ਹੈ ਉਹਨੂੰ ਜ਼ੀਰੋ ਮੰਨਦਾ ਹੈ ਅਤੇ ਜ਼ੀਰੋ ਮੰਨ ਕੇ ਸਾਡਾ ਉਹਦੇ ਵਿੱਚ ਕੋਈ ਮਤਲਬ ਖਰਚਾ ਨਹੀਂ ਪਾਉਂਦਾ ਜਦੋਂ ਰੇਟ ਸਾਡਾ ਬਣਦਾ ਹੈ ਜੇ ਸਾਡਾ ਫਸਲ ਦਾ ਰੇਟ ਬੰਨਣ ਦੇ ਟਾਈਮ 'ਤੇ ਸਾਡਾ ਸਿੰਚਾਈ ਦਾ ਖਰਚਾ ਉਹਦੇ ਵਿੱਚ ਲਿਖਿਆ ਜਾਵੇ ਕਿ ਇੰਨਾ ਡੀਜ਼ਲ ਇੰਨਾ ਬਿੱਲ ਮੇਰੀ ਇੱਕ ਮਿੰਟ ਸਿਰਫ ਪੰਜਾਬ ਦੇ ਵਿੱਚ ਨਹੀਂ ਨਹੀਂ ਮਤਲਬ ਜੇ ਉਹ ਹੋਵੇ ਤਾਂ ਸਾਡਾ ਮਤਲਬ ਇਹ ਆ ਕਿ ਉਹ ਨਾ ਸਾਡਾ ਰੇਟ ਵੱਧ ਵੱਜੇ ਨਹੀਂ ਨਹੀਂ ਉਹ ਗੱਲ ਕੀ ਹੈ ਟਿਊਬਲ ਦੇ ਬਿੱਲ ਮਾਫ ਕਰਨੇ ਸੂਬੇ ਦੇ ਹੱਥ 'ਚ ਹੈ MSP ਦੀ ਨਾ ਸੈਂਟਰ ਦੇ ਹੱਥ 'ਚ ਹੈ ਆਹ ਜਿਹੜਾ ਗੱਲ ਕਰ ਰਹੇ ਹੋ ਕਿ ਸੈਂਟਰ ਤੁਹਾਡੀ ਸਿੰਚਾਈ ਦਾ ਖਰਚਾ ਨਹੀਂ ਲੈਂਦਾ ਉਹ ਆਪਾਂ ਸੈਂਟਰ ਨਾਲ ਲੜਾਈ ਲੜਨੀ ਹੈ ਪਰ ਤੁਸੀਂ 7 ਸਾਲਾਂ 'ਚ ਕੀਤੀ ਨਹੀਂ ਕਦੇ ਗੱਲ ਇੱਕ ਗੱਲ ਕਰਨਾ ਕਿ ਮੈਂ ਤੁਹਾਡੇ ਕਈ MLA ਗਣਾ ਸਕਣਾ ਜਿਹੜੇ ਇਲੈਕਸ਼ਨ ਲੜਨ ਤੋਂ ਪਹਿਲਾਂ ਮਤਲਬ ਇੱਕ ਕਿਰਤੀ ਦਾ ਵਜੋਂ ਕੰਮ ਕਰਦੇ ਸੀ ਪਰ ਇਲੈਕਸ਼ਨ ਲੜਨ ਤੋਂ ਬਿਨਾਂ ਬਾਅਦ ਅੱਜ ਤਕਰੀਬਨ ਉਹ 300 ਕਰੋੜ ਦੇ ਮਾਲਕ ਨੇ ਕਰਪਸ਼ਨ ਕੋਈ ਵੀ ਆ ਜੇ ਮਤਲਬ ਭਾਵੇਂ ਆਪ ਜੀ ਉੱਥੇ ਮੁੱਖ ਮੰਤਰੀ ਬਣ ਜਾਓ ਜਿਹਨੇ ਥੱਲੇ ਬਹੁਤੇ ਕਰਨੀ ਹੈ ਨਾ ਘੱਟ ਸਕਦੀ ਹੈ ਜਾਂ ਕੰਦਰ ਕਰ ਸਕਦੇ ਹੈ
ਪਰ ਸਿਸਟਮ ਬਦਲੋ ਜੇ ਤੁਸੀਂ ਵੇਖ ਲਓ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਇਹ ਕਹਿ ਰਹੇ ਨੇ ਵੀ ਕਰਪਸ਼ਨ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਖਤਮ ਤਾਂ ਹੋ ਸਕਦੀ ਹੈ ਜੇ ਆਪਾਂ ਕੰਪਿਊਟਰਾਈਜ਼ ਕਰ ਦਈਏ ਜਿਹੜਾ ਮੈਂ ਤੁਹਾਨੂੰ ਕਿਹਾ ਕਿ ਇੱਕ ਸਾਲ ਦੇ ਅੰਦਰ ਸਾਰਾ ਕੰਪਿਊਟਰਾਈਜ਼ ਕਰਕੇ ਆਨਲਾਈਨ ਸੇਵਾ ਕੇਂਦਰ ਪਿੰਡ 'ਚ ਕੇਂਦਰ ਜਿਹੜਾ ਤੁਸੀਂ ਉੱਥੇ ਪਿੰਡ 'ਚ ਕੇਂਦਰ ਜਾਂ ਸੇਵਾ ਕੇਂਦਰ ਹੈ ਉੱਥੇ ਕਰਪਸ਼ਨ ਕਿਉਂ ਨਹੀਂ ਸੀ ਕਿਉਂਕਿ ਤੁਸੀਂ ਜਦੋਂ 10 ਰੁਪਏ ਲਿਖਿਆ 10 ਰੁਪਏ ਫਰਜ਼ ਮਿਲਣੀ ਹੈ 5 ਰੁਪਏ ਟੈਕਸ ਮਿਲਣਾ ਹੈ 7 ਰੁਪਏ ਆਹ ਮਿਲਣਾ ਹੈ ਉਹ ਨਾਲ 'ਚ ਕੰਪਿਊਟਰ ਤੁਸੀਂ ਪਾਈ ਜਾਂਦੇ ਸੀ ਅਤੇ ਉਹ ਨਾਲ ਨਿਕਲੀ ਜਾਂਦਾ ਸੀ ਪਰ ਇਹਨਾਂ ਨੇ ਬੰਦ ਕਿਉਂ ਕੀਤਾ ਕਾਂਗਰਸ ਨੇ ਗਰੀਬ ਨੂੰ ਬਿਜਲੀ ਦਈਏ ਸਾਡੇ ਕੋਲ 40,000 ਕਰੋੜ ਹੈ ਨਹੀਂ ਸੀ ਲੋਨ ਨੂੰ ਕਿਉਂਕਿ ਆਪਾਂ 7,000 ਕਰੋੜ ਤਾਂ ਕਿਸਾਨਾਂ ਦੇ ਬਿੱਲ ਭਰਦੇ ਹਾਂ ਬਿਜਲੀ ਦੇ ਤਾਂ ਸਾਨੂੰ ਕਿਹਾ ਸੀ ਕਿ ਅਸੀਂ ਉਹ ਪੈਸੇ ਲਾਉਣ ਅਸੀਂ ਲਵਾਂਗੇ ਬਿਜਲੀ ਉਹ ਵੇਚ ਨਹੀਂ ਸਕਦੇ ਪਰ ਮਾਫੀ ਚਾਹੁੰਦਾ ਤੁਹਾਡੇ ਐਮਐਲਏ ਬਹੁਤ ਅਮੀਰ ਹੋ ਗਏ ਨੇ ਜੇ ਤੁਸੀਂ 40,000 ਕਰੋੜ ਦੇ ਚਲੋ ਠੀਕ ਹੈ ਜੀ।